خان آیا سے نا ٹینکی اتو برائی آئی اتو موڑی 1500 دو پوایا آئی اتنو آیا تیر تھی بچہ دے بچہ جا لیٹر بات کی ہے تو اس ٹائم خوشاب شہر چ موجود ہیں پہنچے ہیں
ਕਿ ਰੁਕਦੇ ਹਾਂ ਟ੍ਰੇਨ ਦੇ ਦੌਰਾਨ شیشے ٹکن ਇਸ ਟਾਈਮ ਸ਼ਾਹਪੁਰ ਕ੍ਰਾਸ ਕਰਕੇ ਮਸਜਿਦ ਵਿੱਚ ਅਸਾਂ ਨਮਾਜ਼ ਅਦਾ ਕਰਨੀ ਕਿ ਨਮਾਜ਼ ਅਸਰ ਅੱਗੇ ਸਿਖਾ ਨਹੀਂ ਪੜੀ ਉਹ ਪੜ੍ਹਨੀ ਹੈ ਬਈ ਨਮਾਜ਼ ਅਸਰ ਕਰਨ ਪੜ੍ਹਨ ਤੋਂ ਬਾਅਦ ਅਸਾਂ ਫਿਰ ਅੱਗੇ ਰਵਾਨਾ ਹੁਸੈਨ ਜਨਾਬ ਬਹਿਰਾ ਸ਼ਰੀਫ ਨੂੰ ਕਿਉਂਕਿ ਬਹਿਰਾ ਸ਼ਰੀਫ ਹੁਣ ਤਕਰੀਬਨ ਸਾਡਾ ਇੱਕ ਘੰਟੇ ਦਾ ਸਫ਼ਰ ਰਹਿ ਗਿਆ 45 ਮਿੰਟ ਦਾ ਤਕਰੀਬਨ ਅਤੇ ਅਸਾਂ ਨਮਾਜ਼ ਪੜ੍ਹਨ ਲੱਗੇ ਹਾਂ ਨਮਾਜ਼ ਪੜ੍ਹਨ ਤੋਂ ਬਾਅਦ ਇਨਸ਼ਾਅੱਲਾ ਸਾਡੀ ਮੁੜ ਦੁਬਾਰਾ ਰਵਾਨਗੀ ਉਸੇ ਦਿਨ ਐਵੇਂ ਮਸਜਿਦ ਹੈ ਅਸਾਂ ਇਸੇ ਨਮਾਜ਼ ਪੜ੍ਹਨੀ ਹੈ ਅਤੇ ਨਮਾਜ਼ ਪੜ੍ਹਨ ਤੋਂ ਬਾਅਦ ਅਸੀਂ ਫਿਰ ਅੱਗੇ ਬਹਿਰਾ ਸ਼ਰੀਫ ਰਵਾਨਾ ਹੋਣਾ ਹੈ ਜਨਾਬ ਨਾਜ਼ਰੀਨ ਅਸਾਂ ਅਸਰ ਨਮਾਜ਼ ਅਸਰ ਅਦਾ ਕਰ ਲਈ ਜਨਾਬ ਅਤੇ ਅਸਾਂ ਹੁਣ ਇੱਥੋਂ ਰਵਾਨਾ ਹੁੰਦੇ ਪਏ ਹਾਂ ਜਨਾਬ ਬਹਿਰਾ ਸ਼ਰੀਫ ਵੇਖ ਲਓ ਅਸਾਂ ਬਿਲਕੁਲ ਦੋਸਤ ਮੇਰੇ ਸਾਰੇ ਬਾਹਰ ਆ ਗਏ ਜਨਾਬ ਅਸਾਂ ਇੱਥੋਂ ਇਨਸ਼ਾਅੱਲਾ ਰਵਾਨਾ ਹੁੰਦੇ ਪਏ ਜਨਾਬ ਬਹਿਰਾ ਸ਼ਰੀਫ ਚਲੋ ਗੱਡੀ ਬਹਾਲਦੇ ਪਏ ਜਨਾਬ ਇਨਸ਼ਾਅੱਲਾ ਹੁਣ ਤਕਰੀਬਨ ਸਾਡਾ ਬਾਕੀ 45 ਮਿੰਟ ਦਾ ਸਫ਼ਰ ਰਹਿ ਗਿਆ ਬਹਿਰਾ ਸ਼ਰੀਫ ਅਤੇ ਅੱਗੇ ਇਨਸ਼ਾਅੱਲਾ ਤੁਹਾਨੂੰ ਸਭ ਮਿਲਾ ਸਕਦਾ ਬਾਕੀ ਸਫ਼ਰ ਬਹੁ ਡਰਾਈਵਰ ਸਾਹਿਬ ਬਹੁ ਨਾ ਤੁਸਾਂ ਨਵਾਂ ਬਸ ਸਲਿਆਣਾ ਸਾਹਿਬ ਡਰਾਈਵਿੰਗ ਕਰ ਰਹੇ ਜਨਾਬ ਗੱਡੀ ਦੀ ਅੱਜ ਔਰ ਬਾਈ ਰਹੀਮਾ ਸਾਹਿਬ ਬੈਰ ਮੁਜ਼ੱਫਰ ਖਾਨ ਲਸ਼ਾਰੀ ਸਾਹਿਬ ਰਾਮ ਨੂਰੋ ਲੱਸਣ ਖੁਦ شریف میں آنے والے مبارک کے جو جلوس ہیں اس کے استقبال کے لیے یہ سب لوگ ادھر اکٹھے ہیں ਅਸੀਂ ਹਮ ਲੋਕ ਇਸ ਟਾਈਮ ਬਹਿਰਾ ਸ਼ਰੀਫ ਪਹੁੰਚ ਚੁੱਕੇ ਹਾਂ ਜਨਾਬ ਆਪ ਦੇਖ ਰਹੇ ਹਾਂ ਇਸ ਟਾਈਮ ਬਹਿਰਾ ਸ਼ਰੀਫ ਮੌਜੂਦ ਹੈ ਮੇਰੇ ਸਾਹਿਬ ਮੌਜੂਦ ਹੈ ਇਹ ਦੇਖੋ ਔਰ ਮਾਸ਼ਾ ਅੱਲਾਹ ਮਸਜਿਦ ਹੈ ਮੇਰੇ ਪਿੱਛੇ ਆਪ ਦੇਖ ਰਹੇ ਹਾਂ ਜੀ ਔਰ ਇਸ ਟਾਈਮ ਹਮ ਮੌਜੂਦ ਹੈ ਇਧਰ ਮਸਜਿਦ ਮੇਂ ਆਪ ਤਸਲੀਮੀ ਹੋ ਗਏ ਮਸਜਿਦ ਸਾਮੀਨ ਹਮ ਇਸ ਟਾਈਮ ਦੇਖੋ
दरबार शरीफ में इंटर हो चुके हैं, नमाज पढ़ी जा रही है। ये है दरबार शरीफ, ये लोग दरबार में से नमाज पढ़ के निकल रहे हैं, वापस जा रहे हैं नीचे पंडाल में, यहाँ पे उस मुबारक की महफिल हो रही है। ये जी माशा अल्लाह।